ਮੂਸੇ ਜਾਏ ਵੀ ਤੁਸੀਂ ਆ ਗਏ? ਅਸੀਂ ਕਿਹਾ ਜੀ ਹਾਂਜੀ। ਤੇ ਕਹਿੰਦੇ ਠੀਕ ਆ, ਕਹਿੰਦੇ ਫਿਰ ਵਿਲ ਸੀ ਯੂ ਇਨ 14 ਡੇਸ ਆਫਟਰ 14 ਡੇਸ, ਹੈ ਨਾ? ਹਨਾ, ਮਤਲਬ ਸਭ ਨੂੰ ਪਤਾ ਵੀ ਕੁਆਰੰਟਾਈਨ ਆ, ਉਹ ਵੀ ਕੋਈ ਬਾਹਰ ਨਹੀਂ ਆ। ਅਸੀਂ ਇੱਥੇ ਤੱਕ ਸਾਡੇ ਉਹ ਕਾਗਜ਼ ਜਿਹਾ ਸਾਨੂੰ ਦਿੱਤਾ ਵੀ ਤੁਸੀਂ ਅੱਗੇ ਪਿੱਛੇ ਆਪਦੇ ਘਰ ਦੇ ਜਿਵੇਂ ਮਰਜ਼ੀ ਜਾਓ ਤੇ ਜਾ ਸਕਦੇ ਹੋ, ਰੋਡ ਤੱਕ ਮੈਂ ਜਾ ਸਕਦਾ ਵਾ, ਸਾਈਕਲ ਜੇ ਘੁਮਾ ਲਈ ਦੇ ਨੇ ਉੱਤੋਂ ਰੋਡ ਦੇ ਉੱਤੋਂ ਇੱਥੇ ਤੱਕ ਲਿਆਈ ਦੇ ਰੇਟ ਪੈ ਗਿਆ ਨਾ, ਵੀ ਉਦੋਂ ਅੱਗੇ ਤੂੰ ਜਾ ਨੀ ਸਕਦਾ ਹੈਗਾ, ਹੈ ਨਾ? ਤੇ ਅਵੋਇਡ ਕਰ ਵੀ ਜੇ ਕੋਈ ਬੰਦਾ ਹੈਗਾ 6 ਮੀਟਰ ਦੇ, ਉਹਦੇ ਨਾਲ ਰੂਲ ਰੈਗੂਲੇਸ਼ਨ ਫੋਲੋ ਕਰਦੇ ਆ ਆਪਣੇ ਤਾਂ ਪੈਂਦੇ ਆ ਲੋਕ। ਆਪਣੇ ਤਾਂ ਇਹ ਵੀ ਲੱਗਦਾ ਵਾ ਲੋਕਾਂ ਨੂੰ ਵੀ ਇਹ ਜਿਹੜੀ ਜ਼ਿੰਮੇਵਾਰੀ ਜੀ ਆ ਨਾ, ਵੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਮਾਸਕਾਂ ਮੁਸਕਾਂ ਵਾਲਾ, ਇਹ ਸਾਡਾ ਨੀ, ਅਸੀਂ ਤਾਂ ਨਾਲੇ ਸਰਕਾਰ ਦੇ ਕਹਿਣ ਤੇ ਕਰ ਰਹੇ ਹਾਂ। ਵੀ ਐ ਕਹਿੰਦੇ ਮਾਸਕ ਪਾ ਲਈਏ, ਐ ਕਿਵੇਂ ਬਾਕੀ ਮੈਂ ਇੱਕ ਜੀ ਇੱਕ ਏਦਾਂ ਦੀ ਜੀ ਜਾਵੇ ਇਹ ਸਾਲਾਂ ਦਾ ਨਾ, ਮਤਲਬ ਆਪ ਹੀ ਲਾਈਫ ਲੱਗਦਾ ਵਾ ਹਰੇਕ ਜਗ੍ਹਾ ਦੇ, ਆਪਣੇ ਆਪ ਤਾਂ ਅੱਜ ਕੱਲ ਘੱਟ ਹੀ ਲੱਗਦਾ ਹੈ ਜਿਹੜੇ ਆਪਣੇ ਆਪ ਲੱਗਦੇ ਹੁੰਦੇ ਨਾ, ਉਹ ਹੁੰਦਾ ਟਾਈਮ ਜਿਹੋ ਜਿਹੀ ਉਮਰ ਆ ਛਿੰਦੇ ਹੋਣਾ ਬਚਪਨ, ਬਸ ਉਹ ਜੇ ਟਾਈਮ ਚ ਲੱਗ ਜਾਂਦੀਆਂ ਇਹ ਚੀਜ਼ਾਂ, ਭੋਲੇ ਹੁੰਦੇ ਸੀ ਤਾਂਬੇ ਜਾਵੇ, ਹੁਣ ਤਾਂ ਹੋਰ ਹੀ ਸਮਾਨ, ਬਸ ਬੁਰੇ ਹਾਲ। ਅਮ੍ਰਿਤ, ਮੈਨੂੰ ਕਈ ਬੰਦੇ ਇਹ ਪਹਿਲਾਂ ਪੁੱਛਦੇ, ਕਈਆਂ ਨੇ ਸਵਾਲ ਪੁੱਛਿਆ, ਮੈਂ ਕਿਹਾ ਵੀ ਚੱਲ ਮੈਂ ਅੱਜ ਅੰਮ੍ਰਿਤ ਨੂੰ ਡਾਇਰੈਕਟ ਹੀ ਪੁੱਛਦਾ ਵੀ ਲੋਕੀ ਕਹਿੰਦੇ ਆ ਵੀ ਜਿਹੜੇ ਅੰਮ੍ਰਿਤ ਦੇ ਗੀਤ ਨੇ ਨਾ ਬੜੇ ਚੱਕਵੇਂ ਗੀਤ ਨੇ, ਐਨ ਤਗੜ ਪਗੜ ਜੇ ਉਹ, ਹਨਾ? ਵੀ ਜੇ ਕਿਤੇ ਹੁਣ ਜਿਵੇਂ ਅੰਮ੍ਰਿਤ ਗੋਆ ਬੀਚ ਤੇ ਤੁਰਿਆ ਫਿਰਦਾ ਵਾ ਤੇ ਉੱਥੇ ਦੋ ਬੰਦਿਆਂ ਨੇ ਅੰਮ੍ਰਿਤ ਨੂੰ ਬਾਈ ਚਾਂਸ ਘੇਰ ਲਿਆ, ਵੀ ਉਹਨਾਂ ਨੇ ਘੇਰਨਾ ਬਾਅਦ ਚ ਵੀ ਪਹਿਲਾਂ ਉਹਨਾਂ ਦੀਆਂ ਗਰਦਨਾਂ ਥੱਲੇ ਪਈਆਂ ਹੋਣਗੀਆਂ, ਉਹਨਾਂ ਨੂੰ ਫੇਰ ਪਤਾ ਲੱਗਾ ਵੀ ਇਹ ਅੰਮ੍ਰਿਤ ਮਾਨ ਨਾਲ ਹੱਥ ਪੰਗਾ ਲੈ ਲਿਆ, ਵੀ ਅੰਮ੍ਰਿਤ ਮਾਨ ਨੇ ਕਿਹਾ ਵੀ ਬੁੱਗੇ ਐ ਕਿਵੇਂ, ਵੀ ਅੰਮ੍ਰਿਤ ਦੀ ਨੇਚਰ ਆ ਜਿਹੜੀ, ਅੰਮ੍ਰਿਤ ਦੀ ਨੇਚਰ ਕਿਹੋ ਜਿਹੀ ਨੇਚਰ ਆ, ਕਿਉਂਕਿ ਲੋਕ ਪਤਾ ਹੀ ਕਰਦੇ ਆ। ਮੈਂ ਕਈ ਵਾਰੀ ਲੋਕਾਂ ਨੂੰ ਇਹ ਗੱਲ ਕਹਿਣਾ, ਕਿਉਂਕਿ ਮੈਂ ਇਹ ਗੱਲ ਕੁਐਸਚਨ ਕਿਉਂ ਪੁੱਛਿਆ, ਵੀ ਆਪਣੇ ਜਿਹੜੇ ਗਾਣੇ ਨੇ ਨਾ, ਜਿਹੜੇ ਵੀ ਗਾਣੇ ਆਉਂਦੇ ਨੇ ਜਾਂ ਜਿਹੜੀਆਂ ਵੀ ਫਿਲਮਾਂ ਆਉਂਦੀਆਂ ਨੇ, ਲੋਕ ਕਈ ਵਾਰੀ ਉਹਨਾਂ ਨੂੰ ਇੰਨਾ ਸੀਰੀਅਸ ਲੈ ਜਾਂਦੇ ਨੇ, ਇੰਨਾ ਦਿਲ ਤੇ ਲਾਉਂਦੇ ਨੇ, ਹਨਾ? ਤੇ ਹੁਣ ਮੁੱਦੇ ਕੀ ਚੱਲ ਰਹੇ ਆ, ਹੁਣ ਜਿਵੇਂ ਮੈਂ ਡੇਲੀ ਆਪਾਂ ਫੇਸਬੁੱਕ ਦੇਖਦੇ ਹਾਂ ਜਾਂ ਕੁਛ ਵੀ, ਜਿਵੇਂ ਹੁਣ 80% ਦਾ ਟੋਪਿਕ ਉਹਦਾ ਵਿੱਚ ਸਾਹਿਬ ਸਿੱਧੂ ਦੇ ਵਿਚਾਰਾਂ ਦਾ ਚੱਲੀ ਜਾਂਦਾ ਰਹਿੰਦਾ, ਦਸ ਵੀਹ 50 ਜਾਣੇ ਕਹੀ ਜਾਂਦੇ ਨੇ ਵੀ ਸਿੱਧੂ ਠੀਕ ਨੀ, ਸਿੱਧੂ ਆਏ ਆ, ਸਿੱਧੂ ਦੇ ਗਾਣੇ ਆਉਣੇ, ਇੰਨੀ ਜਨਤਾ ਜਿਹੜੀ ਸਿੱਧੂ ਦੇ ਗਾਣੇ ਸੁਣ ਰਹੀ ਆ, ਠੀਕ ਹੈ? ਹੁਣ ਤੁਹਾਡਾ ਗੀਤ ਆਇਆ ਬੰਬੀਹਾ, ਇਕੱਠਿਆਂ ਨੇ ਗਾਇਆ ਤੁਸੀਂ, ਹਨਾ? ਹੁਣ ਉਹਨੂੰ 10 ਬੰਦੇ ਐਂ ਕਹਿਣੇ ਵਾਲੇ ਵੀ ਹੁੰਦੇ ਨੇ ਵੀ ਯਾਰ ਇਹਨਾਂ ਨੇ ਵਾਇਲੈਂਸ ਪ੍ਰਮੋਟ ਕਰਤੀ, ਇਹਨੇ ਪੁਰਾਣਾ ਕਰਤਾ, ਹਨਾ? ਮੈਂ ਇਹ ਪੁੱਛਣਾ ਚਾਹੁੰਦਾ ਵੀ ਯਾਰ ਵੀ ਇਹ ਜਿਹੜੀ ਤੁਸੀਂ ਆਪ ਪਹਿਲਾਂ ਦੱਸੋ ਵੀ ਤੁਹਾਡੀ ਜਿਹੜੀ ਤੇਰੀ ਨੇਚਰ ਆ, ਵੀ ਤੇਰੀ ਨੇਚਰ ਕਹਿ ਰਹੀ ਆ, ਮੇਰਾ ਕਹਿਣ ਦਾ ਮਤਲਬ ਇਹ ਆ ਵੀ ਇਹ ਜ਼ਰੂਰੀ ਨਹੀਂ ਹੈ ਵੀ ਬੰਦਾ ਆਪ ਇਹੋ ਜਿਹਾ ਹੋਵੇ ਕਤਲੇਆਮ ਕਰਨ ਵਾਲਾ ਵੀ ਜਿਹੜਾ ਇੱਦਾਂ ਦੇ ਗਾਣੇ ਹੁੰਦਾ, ਕਿਉਂਕਿ ਗਾਉਣਾ ਇੱਕ ਜਿਹੜਾ ਟੈਲੈਂਟ ਆ। ਹੁਣ ਸਨੀ ਭਾਜੀ ਨੇ, ਸਨੀ ਦਿਓਰ ਭਾਜੀ, ਉਹਨਾਂ ਕੋਲੇ ਬੈਠੋ ਭਾਜੀ, ਆਪ ਹੀ ਇੰਨਾ ਸ਼ਰਮਾ ਕੇ ਬੋਲਦੇ ਆ ਵਿਚਾਰੇ, ਇੰਨਾ ਸਾਊ ਤਰੀਕੇ ਨਾਲ ਬੋਲਦੇ ਆ, ਬੰਦਾ ਇਹ ਸੋਚਦਾ ਵੀ ਯਾਰ ਵੀ ਇਹ ਉਹੀ ਬੰਦਾ ਜਿਹਨੇ ਫਿਲਮ ਚ ਨਲਕਾ ਪੱਟਿਆ, ਹਨਾ? ਮਤਲਬ ਪਰਫਾਰਮੈਂਸ ਤਾਂ ਇਹੀ ਆ ਨਾ, ਵੀ ਜਿਹੜਾ ਉਹਨੇ ਨਲਕਾ ਪੱਟਿਆ ਤਾਂ ਉਹਨੇ ਫੀਲ ਕਰਾਇਆ ਵੀ ਨਲਕਾ ਪੱਟਿਆ, ਫੀਲ ਕਰਾਇਆ ਮੈਨੂੰ, ਕਿਉਂਕਿ ਤੂੰ ਇੱਕ ਦਿਨ ਮੈਨੂੰ ਇਹ ਗੱਲ ਕਹੀ ਸੀ ਵੀ ਭਾਈ ਮੈਂ ਤਾਂ ਬਹੁਤ ਵੀ ਮੈਂ ਜਮਾ ਹੀ ਲੜਾਈ ਝਗੜੇ ਵਾਲਾ ਟਾਈਪ ਬੰਦਾ ਨੀ, ਵੀ ਮੈਂ ਕਦੇ ਕਿਸੇ ਨਾਲ ਕੋਈ ਐ ਨੀ ਕੀਤਾ, ਹਨਾ? ਫੇਰ ਇਹ ਜਿਹੜੇ ਗਾਣੇ ਗੁਣੇ ਨੇ ਜਾਂ ਕੀ ਚੱਕਰ ਆ ਵੀ ਇਹ ਕੀ ਲੋਕਾਂ ਨੂੰ ਕੀ ਲੋਕੀ ਕੀ ਕਰਨ ਵੀ ਵਾਕਿਆ ਅੰਮ੍ਰਿਤ ਮਾਨ ਗੁੱਸੇ ਟਾਈਪ ਵਾਲਾ ਬੰਦਾ ਹੈ ਜਾਂ ਨਹੀਂ ਹੈ? ਬਈ ਤੁਸੀਂ ਮੇਰਾ ਖਿਆਲ ਆ, ਮੈਂ ਇਸ ਫੀਲਡ ਵਿੱਚ 2013-14 ਚ ਆਇਆ ਸੀਗਾ, ਤੇ ਆਪਾਂ ਮੇਰੇ ਖਿਆਲ 2014 ਚ ਮਿਲੇ ਸੀ ਪਹਿਲੀ ਵਾਰ। ਬਿਲਕੁਲ ਬਿਲਕੁਲ, ਤੁਸੀਂ ਮੇਰੇ ਖਿਆਲ 6 ਸਾਲ ਦੇ ਉਦੋਂ ਤੋਂ ਮੈਨੂੰ ਜਾਣਦੇ ਹੋ, ਮੇਰਾ ਖਿਆਲ ਆ ਉਦੋਂ ਜਿਹੋ ਜਿਹਾ ਮੈਂ ਉਦੋਂ ਦਾ ਸੀਗਾ ਤੇ ਜਿਹੋ ਜਿਹਾ ਹੋਣਾ, ਉਹ ਰਾਈਟ ਆਨਸਰ ਤੁਸੀਂ ਦਿਓਗੇ ਕਿ ਮੇਰਾ ਨੇਚਰ ਕਿੱਦਾਂ ਦਾ, ਪਰ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਕਿ ਉਹ ਤਾਂ ਆਪਾਂ ਇੱਕ ਕਰੈਕਟਰ ਪਲੇ ਕਰਦੇ ਹਾਂ ਬਈ, ਬਿਲ ਗਾਣੇ 'ਚ ਤਾਂ ਇੱਕ ਆਪਣਾ ਜੇ ਆਪਣੇ ਕੋਈ ਟੈਲੈਂਟ ਆ ਉਹ 'ਚ ਆਪਣਾ ਕੋਈ ਐਕਸ ਫੈਕਟਰ ਆ ਵੀ ਕਿਸੇ ਆਪਾਂ ਸਿਚੁਏਸ਼ਨ ਨੂੰ ਬਹੁਤ ਵਧੀਆ ਤਰੀਕੇ ਨਾਲ ਲਿਖ ਸਕਦੇ ਹਾਂ। ਤਾਂ ਮੇਰੇ ਇਹ ਹੁੰਦਾ ਕਿ ਇੱਕ ਅਪਬੀਟ ਗਾਣੇ ਨੂੰ, ਇੱਕ ਚੱਕਵੇਂ ਗਾਣੇ ਨੂੰ ਮੈਨੂੰ ਐਂ ਲੱਗਦਾ ਕਿ ਮੇਰੀ ਜਿਹੜੀ ਵੋਕਲ ਟੋਨ ਆ ਉਹ ਸਪੋਰਟ ਕਰਦੀ ਹੈ, ਉਹ ਟੋਨ ਜਦੋਂ ਸਪੋਰਟ ਕਰਦੀ ਆ ਤੇ ਆਪਾਂ ਨੂੰ ਸਭ ਨੂੰ ਹੁੰਦਾ ਕਿ ਯਾਰ ਗਾਣਾ ਘੈਂਟ ਹੋਣਾ ਚਾਹੀਦਾ ਐਂਡ ਆਫ ਦਾ ਡੇ, ਕਿਉਂਕਿ ਜੇ ਕੋਈ ਬੰਦਾ ਫਿਲਮ ਕਰਦਾ ਉਹਨੂੰ ਹੁੰਦਾ ਯਾਰ ਮੈਂ ਕੋਈ ਵੀ ਸਬਜੈਕਟ ਛੇੜਾ ਜਿਹੜੇ ਸਬਜੈਕਟ 'ਚ ਮੇਰੀ ਮਾਸਟਰੀ ਆ ਪਰ ਉਹ ਐਂਡ ਆਫ ਦੇ ਲੋਕਾਂ ਨੂੰ ਪਸੰਦ ਆਵੇ। ਬਿਲਕੁਲ, ਹੁਣ ਆਪਾਂ ਅਮਰੀਸ਼ ਪੁਰੀ ਸਾਹਿਬ ਸੀਗੇ, ਮੈਂ ਕਈ ਲੋਕਾਂ ਤੋਂ ਮੈਂ ਇੰਟਰਵਿਊ ਦੇਖਦਾ ਬਾਲੀਵੁੱਡ ਵਾਲੇ ਜਿਹੜੇ ਸੀਨੀਅਰ ਆਪਣੇ ਆਰਟਿਸਟ ਨੇ, ਉਹ ਕਹਿੰਦੇ ਅਮਰੀਸ਼ ਪੁਰੀ ਸਾਹਿਬ ਫਿਲਮਾਂ ਦੇ ਵਿੱਚ ਏਡੇ ਖਤਰਨਾਕ ਰੋਲ ਕਰਦੇ ਸੀ, ਹਨਾ, ਪਰ ਡੇਲੀ ਉਦਾਂ ਜ਼ਿੰਦਗੀ ਦੇ ਵਿੱਚ ਉਹ ਇੰਨੇ ਕੁ ਕੂਲ ਤੇ ਇੰਨੇ ਕੁ ਕੰਪੋਜ਼ ਸੀਗੇ ਵੀ ਉਹਨਾਂ ਨਾਲ ਬੈਠ ਕੇ ਬੜਾ ਵਧੀਆ ਲੱਗਦਾ ਸੀ, ਬੜਾ ਚੰਗਾ ਲੱਗਦਾ ਸੀ, ਬੜੇ ਬੜੇ ਕਹਿ ਸਕਦੇ ਆ ਕਿ ਉਹ ਮੈਚਿਓਰਿਟੀ ਦੇ ਕਹਿ ਲਓ, ਹਨਾ, ਸਿੰਬਲ ਸੀ। ਤੇ ਉਹ ਹੁਣ
ਮੇਰੀ ਲੁੱਕ ਏਦਾਂ ਦੀ ਕਹਿ ਲਓ ਜਾਂ ਗਾਣਿਆਂ ਦੇ ਵਿੱਚ ਮੈਂ ਲਿਖਦਾ ਓਦਾਂ ਦਾ, ਤਾਂ ਕਈ ਵਾਰੀ ਇੰਟਰਪ੍ਰੀਟ ਹੋ ਜਾਂਦਾ ਕਿ ਯਾਰ ਵੀ ਚੱਕਮਾ ਹੋਊ ਜਾਂ ਘਰੇ ਉਹ ਬ੍ਰੈਂਡ ਉਹਦੇ ਜਿਹੜੇ ਸਾਰਿਆਂ ਨੂੰ ਮੈਂ ਇਹੀ ਕਹਿਣਾ ਵੀ ਬਾਈ ਅਸੀਂ ਇੱਕ ਕਰੈਕਟਰ ਪਲੇ ਕਰਦੇ ਹਾਂ ਜੋ ਕਿ ਫਿਲਮਾਂ 'ਚ ਇੱਕ ਆਰਟਿਸਟ ਕਰਦਾ ਉਵੇਂ ਅਸੀਂ ਇੱਕ ਗਾਣਿਆਂ 'ਚ ਕਰਦੇ ਹਾਂ। ਸਾਡੀ ਬਿਲਕੁਲ ਇਹ ਕੋਸ਼ਿਸ਼ ਨਹੀਂ ਹੁੰਦੀ ਕਿ ਹਾਂ ਚੱਪ ਲਓ ਧਰ ਲਓ ਮਾਰ ਲਓ ਜਾਂ ਉਈ ਤੁਰੇ ਕਰਦੇ ਕਿਸੇ ਦੇ ਜਾ ਕੇ ਜੇ ਆਪਾਂ ਗਾਣੇ ਚੱਕ ਜਾਏ ਉਹ ਵੀ ਸੰਨੀ ਦੌਲ ਭਾਜੀ ਨੇ ਨਲਕਾ ਪੱਟਿਆ, ਇਹ ਤਾਂ ਹੈ ਜਿਹੜਾ ਉਹਦੇ ਘਰੇ ਲੱਗਿਆ ਉਹ ਵੀ ਪੱਟਦਾ ਉਹ ਤਾਂ ਬਿਲਕੁਲ 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 ਤੁਸੀਂ ਦੱਸੋ ਤੁਹਾਡੇ ਨਾਲ। ਨਹੀਂ ਨਹੀਂ ਮੈਂ ਤਾਂ ਮੈਂ ਦੇਖੋ ਇੱਕ ਗੱਲ ਕਲੀਅਰ ਆ, ਦੇਖ 6 ਸਾਲਾਂ ਤੋਂ ਆਪਾਂ ਜਾਣਦੇ ਹਾਂ ਜੇ ਅੱਜ ਆਪਾਂ ਵਾਪਸ ਆਪਾਂ ਫਿਰ 6 ਸਾਲਾਂ ਬਾਅਦ ਵੀ ਇਕੱਠੇ ਕੰਮ ਕਰ ਰਹੇ ਹਾਂ ਤਾਂ ਉਹਦਾ ਰੀਜ਼ਨ ਇਹ ਆ ਵੀ ਡੈਫੀਨੇਟਲੀ ਮੈਨੂੰ ਤਾਂ ਤੇਰੀ ਨੇਚਰ ਪਸੰਦ ਹੋਊਗੀ ਤਾਂ ਹੀ ਤਾਂ ਆਪਾਂ ਕੰਮ ਕਰ ਰਹੇ ਹਾਂ ਤਾਂ ਹੀ, ਔਰ ਦੇਰ ਇਜ਼ ਨੋ ਚੇਂਜ। ਮੈਂ ਤਾਂ 100% ਇਹ ਗੱਲ ਕਹਿੰਦਾ ਵੀ ਜਦੋਂ ਮੈਨੂੰ ਯਾਦ ਆ ਤੂੰ ਉਦੋਂ ਆਇਆ ਸੀ, ਮੈਨੂੰ ਕਹਿ ਬਾਈ ਆਪਾਂ ਗੀਤ ਕਰਨਾ, ਮੈਨੂੰ ਗਾਣਾ ਸੁਣਾਇਆ ਸਾਰਾ ਕੁਝ। ਮੈਂ ਤਾਂ ਨਾ ਬੜੇ ਮੈਨੂੰ ਇੱਕ ਵਾਰੀ ਯਾਦ ਆ ਜਿਵੇਂ ਹੁਣ ਕਈ ਬੰਦਿਆਂ ਨਾਲ ਮੈਂ ਰੈਗੂਲਰ ਕੰਮ ਕਰਦਾ, ਇੱਕ ਵਾਰੀ ਹੈਪੀ ਰਾਏ ਕੋਠੀ ਆ ਗਿਆ ਮੇਰੇ ਕੋਲ ਗੀਤ ਸੁਣਾਉਣ, ਤੇ ਉਹਨੇ ਜਦੋਂ ਮੈਨੂੰ ਗੀਤ ਸੁਣਾਏ ਤੇ ਮੈਂ ਉਹਨੂੰ ਕਿਹਾ ਤੂੰ ਤਾਂ ਬੇਵਕੂਫ ਬੰਦਾ, ਕਹਿੰਦਾ ਕੀ ਗੱਲ ਹੋ ਗਈ, ਉਹ ਬੇਚਾਰਾ ਘਾਬਰ ਗਿਆ। ਉਹ ਮੈਂ ਕਿਹਾ ਤੂੰ ਤਾਂ ਮੇਰੇ ਤੋਂ ਵਧੀਆ ਗਾਈ ਜਾਂਦਾ ਪਤੰਦਰਾ, ਹਨਾ, ਤੇ ਕਹਿੰਦਾ ਬਾਈ ਜੀ ਕਿਤੇ ਕੁੰਡੀ ਨੀ ਫਸ ਰਹੀ ਹੈਗੀ, ਹਨਾ। ਮੈਂ ਕਿਹਾ ਉਹ ਗੱਲ ਠੀਕ ਹੈ ਵੀ ਆਪਾਂ ਗੀਤ ਕਰਦੇ ਹਾਂ, ਪਰ ਮੈਂ ਕਿਹਾ ਯਾਰ ਤੂੰ ਗਾਈ ਜ਼ਰੂਰ, ਤੂੰ ਵਧੀਆ ਬੰਦਾ, ਹਨਾ। ਹੁਣ ਜਦੋਂ ਹਰ ਬੰਦੇ ਦਾ ਇੱਕ ਟੈਲੈਂਟ ਹੁੰਦਾ, ਉਹੀ ਗੱਲ ਕਹਿਣਾ ਵੀ ਹੁਣ ਜਦੋਂ ਬੀਤ ਨੇ ਮੇਰੇ ਸਾਰੇ ਗੀਤ ਸ਼ੁਰੂ ਵਾਲੇ ਸੀ, ਬੀਤ ਦੇ ਵੀ ਸਾਰੇ ਗੀਤ ਚੱਕਵੇ ਪਿੰਡ ਦੇ ਵਿਚਾਲੇ, ਮੈਨੂੰ ਡਾਂਗ ਖੜਕੀਏ ਉਹ, ਅਸੀਂ ਇਹੋ ਜਿਹੇ ਗੀਤ ਬਹੁਤ ਗਾਏ, ਹਨਾ। ਪਰ ਹੁਣ ਇਹ ਤੁਹਾਨੂੰ ਵੀ ਬੀਤ ਦੂਜੇ ਨਿਕਰਿਆ ਦਾ ਬੀਤ ਸਾਰੇ ਤਰ੍ਹਾਂ ਦੇ ਗੀਤ ਲਿਖਦਾ ਸੀਗਾ, ਹਨਾ, ਸਭ ਤਰ੍ਹਾਂ ਸਭ ਤਰ੍ਹਾਂ। ਹੁਣ ਮੈਂ ਉਹੀ ਗੱਲ ਕਹਿਣਾ ਵੀ ਲੋਕ ਜਿਵੇਂ ਕਈ ਵਾਰੀ ਮੈਂ ਕੰਫਿਊਜ਼ਨਾਂ ਦੇਖਦਾ ਵਾਂ ਵੀ ਜਦੋਂ ਦਾ ਸੋਸ਼ਲ ਮੀਡੀਆ ਆਇਆ, ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਹੁੰਦਾ ਸੀ ਵੀ ਜਿਹੜੇ ਬੰਦੇ ਦੇ ਜਿਹੜੇ ਫੈਨ ਨੇ, ਜਿਵੇਂ ਹੁਣ ਜਿਹੜੇ ਮੇਰੇ ਫੈਨ ਨੇ, ਉਹ ਮੇਰੇ ਸ਼ੋਅ ਦੇ ਉੱਤੇ ਆਉਂਦੇ ਸੀਗੇ, ਇੰਜੋਏ ਕਰਦੇ ਸੀ, ਭੰਗੜੇ ਪਾਉਂਦੇ ਸੀਗੇ, ਨੱਚਦੇ ਸੀ, ਟੱਪਦੇ ਸੀ, ਘਰ ਵਿੱਚ ਚਲੇ ਜਾਂਦੇ, ਠੀਕ ਹੈ। ਮੰਨ ਲਾ ਅਗਲੇ ਦਿਨ ਕਿਸੇ ਹੋਰ ਦਾ ਅਮਰਿੰਦਰ ਗਿੱਲ ਦਾ ਸ਼ੋਅ ਹੈ ਜਾਂ ਦਲਜੀਤ ਦੋਸਾਂਝ ਦਾ ਸ਼ੋਅ ਹੈ, ਉਹਦੇ ਸ਼ੋਅ ਦੇ ਉੱਤੇ ਆਪਦੇ ਫੈਨ ਜਾਂਦੇ ਸੀਗੇ, ਨੱਚਦੇ ਸੀ, ਟੱਪਦੇ ਸੀ, ਘਰੇ ਆਏ ਸੀ। ਪਰ ਉਹ ਕਿਸੇ ਸ਼ੋਅ ਦੇ ਉੱਤੇ ਜਾ ਕੇ ਆਇਆ ਨਹੀਂ ਸੀ ਹੁੰਦਾ ਵੀ ਕੋਈ ਬੰਦਾ ਐਂ ਕਹੇ ਵੀ ਕੱਲ੍ਹ ਗਿੱਪੀ ਲੱਗਿਆ ਸੀ ਉਹ ਤੇਰੇ ਨਾਲ ਘੈਂਟ ਸੀ ਬਈ, ਠੀਕ ਹੈ, ਐਂ ਲੱਗਿਆ। ਹੁਣ ਪ੍ਰੋਬਲਮ ਇੱਕ ਹੀ ਬਹੁਤ ਆ ਗਈ, ਹਨਾ, ਰੋਟੀ ਖਾਂਦੇ ਆ ਉਸੇ ਚੀਜ਼ ਨੂੰ ਆਪਾਂ ਆਪਦੇ ਜਵਾਕ ਪਾਲਣੇ ਆ, ਪਰ ਮੇਰਾ ਇੱਕ ਜ਼ਰੂਰ ਸਾਰਿਆਂ ਨੂੰ ਇਹ ਚੀਜ਼ ਹੈਗੀ ਆ ਵੀ ਅਸੀਂ ਜਦੋਂ ਆਉਂਦੇ ਆ ਨਾ, ਆਪਾਂ ਜਿਵੇਂ ਹੁਣ ਕੋਈ ਵੀ ਗੱਲ ਕਰਦੇ ਆ ਜਾਂ ਆਪਾਂ ਹੁਣ ਆਪਾਂ ਆਪਣਾ ਗਾਣਾ ਆ ਰਿਹਾ ਹੈ ਕਿਵੇਂ, ਆਪਾਂ ਉਹਨੂੰ ਵੀ ਪ੍ਰਮੋਟ ਕਰ ਰਹੇ ਹਾਂ, ਪਰ ਮੈਂ ਕਹਿੰਦਾ ਨਾਲ ਆਪਾਂ ਲੋਕਾਂ ਨੂੰ ਇਹ ਦੱਸੀਏ ਵੀ ਅਸੀਂ ਆਪਦਾ ਸੌਦਾ ਵੇਚਦੇ ਹਾਂ, ਅਸੀਂ ਆਪਦਾ ਸੌਦਾ ਵੇਚਦੇ ਹਾਂ, ਤੁਸੀਂ ਸਾਰੇ ਸਾਡੇ ਸੌਦੇ ਦੇ ਪਿੱਛੇ ਕਾਹਨੂੰ ਆਪਦੇ ਘਰੇ ਲੜਾਈ ਪਾਈ ਹੋਈ ਆ। ਹੁਣ ਕਿਸੇ ਦਾ ਕੋਈ ਕੋਈ ਕਿਸੇ ਦਾ ਫੈਨ ਆ, ਕੋਈ ਕਿਸੇ ਦਾ ਫੈਨ ਆ, ਕਈ ਬੰਦਿਆਂ ਦੇ ਮੈਨੂੰ ਕਈਆਂ ਦੇ ਮੈਸੇਜ ਪੜ੍ਹਦਾ, ਉਹ ਕਹਿੰਦਾ ਵੀ ਫਲਾਣੇ ਬੰਦੇ ਨੇ ਫਲਾਣੇ ਨੂੰ ਗਲਤ ਬੋਲਿਆ, ਮੇਰੇ ਚਾਚੇ ਨੇ ਫਲਾਣੇ ਨੂੰ ਗਲਤ ਬੋਲਿਆ, ਮੈਂ ਤਾਂ ਚਾਚੇ ਨਾਲ ਹੀ ਬੋਲੋ ਹਟ ਗਿਆ, ਮੈਂ ਤਾਂ ਫਲਾਣੇ ਦਾ, ਹੈ ਨਾ। ਮੈਂ ਉਹ ਕਹਿੰਦਾ ਵੀ ਐਕਚੁਅਲੀ ਕੀ ਆ ਵੀ ਦੇਖੋ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਤੁਸੀਂ ਮਿਲ ਵਰਤ ਕੇ ਰਹੋ ਸਾਰਿਆਂ ਦਾ, ਜਿਹੜਾ ਚੰਗਾ ਗੀਤਾ ਉਹ ਸੁਣੋ, ਹੈ ਨਾ। ਇਹ ਟੈਲੀਵਿਜ਼ਨ ਨੇ ਇੰਨਾ ਜ਼ਿਆਦਾ ਟਰਵਲ ਕੀਤੀ ਹੋਈ ਆ, ਹੈ ਨਾ। ਔਰ ਇੱਕ ਮੀਡੀਆ ਮੀਡੀਆ ਨੂੰ ਵੀ ਮੇਰੀ ਰਿਕੁਐਸਟ ਹੈ, ਉਹ ਜਿਹੜੀ ਚੀਜ਼ ਨੂੰ ਸੋਚਦੇ ਆ ਵੀ ਉਹ ਚੀਜ਼ ਬੁਰੀ ਹੈ, ਠੀਕ ਹੈ। ਹੁਣ ਕਈ ਵਾਰੀ ਕੀ ਹੁੰਦਾ ਨਾ, ਮੈਂ ਕਈ ਵਾਰੀ ਨੋਟਿਸ ਕਰਦਾ ਕਈ ਵਾਰੀ ਕੋਈ ਰੋਂਗ ਚੀਜ਼ ਹੋ ਜਾਂਦੀ ਆ ਆਪਣੇ, ਤੇ ਮਤਲਬ ਉਹ ਏਦਾਂ ਦੀ ਚੀਜ਼ ਹੋ ਜਾਂਦੀ ਆ ਵੀ ਜਿਵੇਂ ਲੋਕਾਂ ਦੇ ਸਾਹਮਣੇ ਨਹੀਂ ਆਉਣੀ ਚਾਹੀਦੀ, ਠੀਕ ਹੈ। ਕੋਈ ਗੱਲ ਨਹੀਂ ਆਉਣੀ ਚਾਹੀਦੀ, ਮੀਡੀਆ ਉਹਨੂੰ ਇੰਨਾ ਹਾਈਲਾਈਟ ਕਰ ਦਿੰਦਾ, ਹਰੇਕ ਬੰਦਾ ਕਹਿੰਦਾ ਜੀ ਸਾਲਾ ਇੱਕ ਵਾਰੀ ਖੋਲ ਕੇ ਤਾਂ ਦੇਖੀ ਕੀ ਚੀਜ਼ ਆ, ਇੱਕ ਵਾਰ ਦੇਖੀ ਕਿਸੇ ਚੀਜ਼, ਹੈ ਨਾ। ਹਾਂ, ਉਹ ਚੀਜ਼ਾਂ ਨੇ ਜਿਹੜੀਆਂ ਉਹ ਚੀਜ਼ਾਂ ਰੋਂਗ ਪੋਰਟਰੇ ਕਰਦੀਆਂ ਮੀਡੀਆ ਵੀ, ਜੇ ਤੁਹਾਨੂੰ ਕਿਸੇ ਚੀਜ਼ ਦੀ ਕਿਸੇ ਨੂੰ ਟਰਬਲ ਲੱਗਦੀ ਆ, ਤੁਸੀਂ ਉਹ ਬੰਦੇ ਨੂੰ ਨਾ ਕਵਰ ਕਰੋ, 10 ਦਿਨਾਂ 20 ਦਿਨਾਂ ਬਾਅਦ ਆਪਣੇ ਆਪ ਬੰਦਾ ਖ਼ਬਰਾਂ 'ਚੋਂ ਹਟ ਜੂਗਾ, ਆਪਣੇ ਹਟ ਜੂਗਾ, ਬਿਲਕੁਲ ਬਿਲਕੁਲ। ਹੁਣ ਜਾਂ ਤਾਂ ਤੁਸੀਂ ਇਹ ਕਹੋ, ਇਹ ਵੀ ਤੁਸੀਂ ਮੰਨਦੇ ਨਹੀਂ ਵੀ ਖ਼ਬਰਾਂ ਤੁਹਾਡੀਆਂ ਉਹਦੇ ਕਰਕੇ ਵਿਕਦੀਆਂ, ਉਹਨਾਂ ਨੇ ਦੂਜੇ ਪਾਸੇ ਚੱਲਣਾ ਹੁੰਦਾ ਵਾ ਵੀ ਹਰ ਚੀਜ਼ ਨੂੰ ਨੈਗੇਟਿਵ ਹੀ ਕਰਨਾ ਹੁੰਦਾ, ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ। ਕਿਉਂਕਿ ਮੈਨੂੰ ਯਾਦ ਆ ਜਿਵੇਂ ਅਸੀਂ ਨਾ ਜਦੋਂ ਅਰਦਾਸ ਫਿਲਮ ਬਣਾਈ ਤੇ ਮੈਨੂੰ ਆਪਦੀ ਲਾਈਫ ਦੇ ਵਿੱਚ ਜਿੰਨੀ ਐਪਰੀਸੀਏਸ਼ਨ ਅਰਦਾਸ ਵੱਲੋਂ ਮਿਲੀ, ਕਿਸੇ ਫਿਲਮ ਵੱਲੋਂ ਨਹੀਂ ਮਿਲੀ ਹੈਗੀ, ਹੈ ਨਾ। ਫਿਰ ਵੀ ਨਾ, ਹਾਂ, ਤੇ ਉਹ ਨਾ ਜਦੋਂ ਫਿਰ ਵੀ ਜਦੋਂ ਉਹਦੀ ਪੋਸਟ ਪੁਸਟ ਪਿਆ ਕਰੇ ਵੀ ਅਰਦਾਸ 7ਵੇਂ ਵੀਕ ਦੇ ਵਿੱਚ ਇੱਥੇ ਹੈਗੀ ਆ, ਤੇ ਕਈ ਬੰਦੇ ਨਾ ਥੱਲੇ ਕਮੈਂਟ ਉਹਦੇ ਵੀ ਲਿਖ ਦਿੰਦੇ ਸੀ, ਹੈ ਨਾ, ਤੇ ਕਹਿੰਦੇ ਫਿਰ ਕੀ ਹੋ ਗਿਆ, ਕਹਿੰਦੇ ਜੇ 7ਵੇਂ ਵੀਕ 'ਚ ਆ, ਕਹਿੰਦੇ ਕਰਨੇ ਤਾਂ ਇਹਨੇ ਇਕੱਠੇ ਪੈਸੇ ਆ, ਮੈਂ ਪੈਸੇ ਤਾਂ ਇਕੱਠੇ ਮੈਂ ਮੰਜੇ ਬਿਸਤਰੇ 'ਚ ਵੀ ਕਰ ਰਿਹਾ, ਕੈਰੀ ਓਨ ਜੱਟਾਂ 'ਚ ਵੀ ਕਰ ਰਿਹਾ, ਤੁਸੀਂ ਸਾਰੇ ਗੱਲ ਕਹਿੰਦੇ ਹੋ ਵੀ ਚੰਗੀਆਂ ਫਿਲਮਾਂ ਬਣਾਓ। ਹੁਣ ਮੈਂ ਇਹ ਸੋਚਿਆ ਵੀ ਚੰਗੀ ਫਿਲਮ ਵੀ ਬਣਾਵਾਂ ਤੇ ਉਹ ਚੱਲੇ ਨਾ, ਪੈਸੇ ਨਾ ਇਕੱਠੇ ਹੋਣ, ਇਹਦਾ ਮਤਲਬ
ਤਕੜੀ ਜਿਨਾ ਤੋਂ ਲਿਆ ਕਰਨ ਵੀ ਕਿਰਦਾਰ ਇੱਕ ਹੋਰ ਚੀਜ਼ ਆ, ਗਾਣਾ ਇੱਕ ਹੋਰ ਚੀਜ਼ ਆ। ਹੁਣ ਜਿਵੇਂ ਗਾਣਾ ਆਪਣਾ ਐ ਕਿਵੇਂ ਵਾਲਾ ਗੀਤ ਵੀ ਗੱਲ ਤਾਂ ਐਂ ਕਰ ਰਿਹਾ ਵੀ ਮੈਂ ਏਦਾਂ ਅਮ੍ਰਿਤ ਮਾਨ ਨੂੰ ਦੇਖ ਕੇ ਗਾਤਾ, ਇਹਨੇ ਫਲਾਣੇ ਦੇ ਗਾਤਾ ਵਾਲਾ ਤਾਂ ਨਾ। ਅਸੀਂ ਜੇ ਗਾਣਾ ਲਿਖਿਆ ਉਹ ਗਾਣਾ ਵਧੀਆ ਸੀ, ਉਹ ਨੋਰਮਲ ਤਰੀਕੇ ਦੇ ਗਿਆ। ਗਾਣੇ ਤਾਂ ਪਹਿਲਾਂ ਵੀ ਐਂ ਹੁੰਦੇ ਸੀਗੇ ਵੀ ਮੈਂ ਹਨਾ ਪਰ ਉਹੀ ਆ ਕਿ ਹੁਣ ਜਿਵੇਂ ਸਿੱਧੂ ਨੂੰ ਮਿਲਦੇ, ਸਿੱਧੂ ਦਾ ਨੇਚਰ ਵੀ ਬਹੁਤ ਜ਼ਿਆਦਾ ਵਧੀਆ, ਬਹੁਤ ਜ਼ਿਆਦਾ। ਮੈਂ ਆਪਣੀ ਲਾਈਫ ਦੇ ਵਿੱਚ ਜਿੰਨੀ ਵਾਰੀ ਉਹਨੂੰ ਮਿਲਿਆ, ਉਹ ਇੰਨਾ ਸੌਫਟ ਤੇ ਗੋਡਾ ਹੱਟੜ ਮੁੰਡਾ ਵਾ, ਕੋਈ ਪ੍ਰੋਬਲਮ ਨਹੀਂ। ਸਮ ਟਾਈਮ ਕੀ ਹੁੰਦਾ ਨਾ ਅਮਰ, ਜਿਵੇਂ ਹੁਣ ਆਪਾਂ ਵਾ, ਕੋਈ ਵੀ ਬੰਦਾ ਗੱਲ ਕਰਦਾ ਬੰਦਾ 20 ਵਾਰੀ ਭਾਵੁਕ ਹੁੰਦਾ, 20 ਵਾਰੀ ਭਾਵੁਕ ਹੋਇਆ ਬੰਦਾ, ਕਈ ਵਾਰੀ ਗੁੱਸੇ ਚ ਬੋਲਦਾ ਜਾਂ ਕੋਈ ਚੀਜ਼ ਕਰਦਾ, ਹਨਾ। ਉਹ ਚੀਜ਼ਾਂ ਇਹ ਨੇਚਰ ਵਾਈਜ਼ ਏਦਾਂ ਹੋ ਜਾਂਦੀਆਂ, ਅਦਰਵਾਈਜ਼ ਨਹੀਂ। ਹੁਣ ਮੈਂ ਛੁੱਟੀਆਂ ਕਹਿੰਦੇ ਮੈਂ ਨਾ ਥੋੜਾ ਘਟਾਇਆ ਹੋਇਆ ਇਹ ਵੀ ਸੋਸ਼ਲ ਮੀਡੀਆ ਘੱਟ ਹੀ ਦੇਖਣਾ ਵਾ, ਬਹੁਤ ਜ਼ਿਆਦਾ ਦੇਖਦੇ। ਬਿਲਕੁਲ। ਹੁਣ ਜਦੋਂ ਆਹ ਬੱਬੂ ਮਾਨ ਸਿੱਧੂ ਮੂਸੇਵਾਲਾ, ਬੱਬੂ ਬਾਈ ਦਾ ਤੇ ਸਿੱਧੂ ਦਾ ਰੌਲਾ ਪਿਆ, ਜਿਹੜਾ ਵੀ ਕਨਫਿਊਜ਼ਨ ਹੋਈ ਆ, ਹੁਣ ਮੈਂ ਜਿੰਨਾ ਕੁ ਬੱਬੂ ਬਾਈ ਨੂੰ ਵੀ ਲਾਈਫ ਦੇ ਵਿੱਚ ਮਿਲਿਆ ਵਾ ਯਾਰ, ਉਹ ਵੀ ਬੜੀ ਗੁੱਡ ਹਾਰਟਡ, ਬੜਾ ਵਾਰਮ ਵੈਲਕਮ ਵਾਲਾ ਬੰਦਾ ਵੀ, ਛੋਟੇ ਭਾਈ ਕਿੱਦਾਂ ਹੋ ਤੁਸੀਂ, ਯੇ ਵੋ ਫਲਾਣਾ, ਮਤਲਬ ਕੋਈ ਇਦਾਂ ਦੀ ਹੈ ਨਹੀਂ। ਕਈ ਵਾਰੀ ਨਾ ਇਹ ਗੱਲਾਂ ਨਿੱਕੀਆਂ ਨਿੱਕੀਆਂ, ਮੈਂ ਬਲੀਵ ਕਰਿਓ ਆਪਣੀ ਆਹ ਜਿਹੜੀ ਹੁਣ ਦਾ ਮੇਨ ਮੈਨ ਆ, ਮੇਨ ਮੈਨ ਦੇ ਵਿੱਚ ਮੈਂ ਤੇ ਦੀਪ ਨੇ ਇੰਨੇ ਸਾਲਾਂ ਬਾਅਦ ਇਕੱਠਿਆਂ ਨੇ ਗੀਤ ਕੀਤਾ, ਠੀਕ ਹੈ। ਇੰਨੇ ਸਾਲਾਂ ਦੇ ਵਿੱਚ ਜੇ ਦੀਪ ਵੀ, ਦੀਪ ਨੂੰ ਕੋਈ ਮੇਰੇ ਬਾਰੇ ਪੁੱਛਦਾ ਸੀ, ਉਹ ਕਹਿੰਦਾ ਵੀ ਕੋਈ ਇੰਟਰਵਿਊ ਵੀ ਕਰਦਾ ਸੀ, ਉਹ ਮੇਰੇ ਬਾਰੇ ਚੰਗਾ ਬੋਲਦਾ ਸੀ, ਮੈਨੂੰ ਕੋਈ ਪੁੱਛਦਾ ਸੀ ਤਾਂ ਮੈਂ ਦੀਪ ਬਾਰੇ ਚੰਗਾ ਬੋਲਦਾ ਸੀ, ਠੀਕ ਹੈ। ਸਾਨੂੰ ਕਿਲੋ ਬੰਦਿਆਂ ਨੇ ਪੁੱਛਿਆ ਵੀ ਯਾਰ ਤੁਹਾਡੀ ਕੋਈ ਲੜਾਈ ਹੋਈ ਆ, ਯਾਰ ਮੈਂ ਵੀ ਇਹ ਸੋਚਿਆ, ਮੈਂ ਕਿਹਾ ਕਿਸੇ ਬੰਦੇ ਨੇ ਨਾ ਕੋਈ ਮਾੜੀ ਜਿਹੀ ਗੱਲ ਉਹੀ ਮੈਨੂੰ ਕਹਿ ਦਿੱਤੀ, ਮਾੜੀ ਜਿਹੀ ਗੱਲ ਹੀ ਦੀਪ ਨੂੰ ਕਹਿ ਦਿੱਤੀ, ਉਹ ਸਾਲਾ ਸਾਡੇ ਵਿੱਚ ਨਾ ਮਤਲਬ ਲੜਾਉਣਾ ਜਾਂਦਾ ਸੀ। ਅਸੀਂ ਨਾ ਐਡੇ ਬਿਜੂ ਸੀ ਵੀ ਅਸੀਂ ਇੱਕ ਦੂਜੇ ਨੂੰ ਪੁੱਛਿਆ ਵੀ ਨੀ ਗਾ ਗੱਲ, ਠੀਕ ਆ। ਮੈਨੂੰ ਐਂ ਹੋ ਗਿਆ ਵੀ ਬੀਤ ਕਹੇ ਵੀ ਬੀਤ ਦੀ ਗੱਲ ਆ, ਹਨਾ, ਬੀਤ ਨੂੰ ਐਂ ਹੋ ਗਿਆ ਵੀ ਬਾਈ ਕਹੇ ਮੈਨੂੰ, ਹਨਾ, ਵੀ ਯਾਰ ਵੀ ਮੈਂ ਤਾਂ ਬਾਈ ਬਾਰੇ ਕਦੇ ਇੱਦਾਂ ਕਿਹਾ ਹੀ। ਇੱਕ ਦਿਨ ਅਸੀਂ ਨੋਰਮਲ ਇਕੱਠੇ ਹੋਏ, ਮੈਂ ਤੇ ਬੀਤ ਤੇ ਗੱਲਾਂ ਬਾਤਾਂ ਮਾਰੀਆਂ, ਅਸੀਂ ਕਿਹਾ ਯਾਰ ਆਪਾਂ ਅੱਜ ਤੋਂ ਬਾਅਦ ਪੁਰਾਣੀ ਗੱਲ ਡਿਸਕਸ ਹੀ ਨਹੀਂ ਕਰ ਰਹੀ ਹੈ, ਗੱਲ ਮੁੱਕੀ, ਠੀਕ ਹੈ। ਮੈਂ ਕੀ ਰੱਖਿਆ ਉਹਦੇ 'ਚ, ਅੱਜ ਫਿਰ ਇਕੱਠੇ ਹਾਂ, ਉਹ ਮੇਰੀ ਉਮੀਦ ਕਰਦਾ ਮੈਨੂੰ, ਹਨਾ, ਵੀਰਾ ਕਹਿ ਕੇ ਬੋਲਦਾ, ਰਿਸਪੈਕਟ ਦਿੰਦਾ, ਮੈਂ ਉਹਨੂੰ ਛੋਟੇ ਭਰਾ ਨੂੰ ਟ੍ਰੀਟ ਕਰਦਾ, ਮਤਲਬ ਗੱਲ ਨਹੀਂ ਕੁਛ ਹੁੰਦੀ ਹੈਗੀ, ਗੱਲ ਬਣਦੀ ਬਣਾ ਦਿੰਦੇ। ਮੈਂ ਕੱਲ ਕਿਸੇ ਹੋਰ ਦਾ ਗਾਣਾ ਉਸ ਡੇਟ ਨੂੰ ਆ ਜਾਵੇ, ਅਗਲਾ ਕਹਿੰਦਾ, ਦੋ ਬੰਦੇ ਵੀ ਕਹਿੰਦੇ ਇਹਨੇ ਜਾਣ ਕੇ ਕਰਿਆ, ਇਹਨੇ ਲਾ ਕੇ ਕੱਢਿਆ, ਇਹਨੇ ਜਾਣ ਕੇ ਕਰਿਆ, ਤੂੰ ਦੇਖੀ ਲਾ ਕੇ ਲੂ ਕੇ ਕੀ ਗਾਣਾ ਜਦੋਂ ਆਉਣਾ ਵਾ, ਜਿਹਦੇ ਗਾਣਾ ਹੁਣ ਆਪਣਾ ਗਾਣਾ ਆਉਣਾ ਪਰਸੋਂ ਨੂੰ, ਹੋਰ ਵੀ 5-4 ਗਾਣੇ ਆਉਣੇ ਹੋਣੇ ਨੇ, ਠੀਕ ਹੈ। ਆਪਣੀ ਉਹਨਾਂ ਨਾਲ ਕੋਈ ਟ੍ਰਬਲ ਸੁਣਨਾ ਵੀ ਜਿਹਦੇ ਕਹਿੰਦੇ ਗਾਣੇ ਦੀ, ਉਹ ਜਿਹੜਾ ਗਾਣਾ ਜਿਹਦਾ ਵਧੀਆ ਹੋਊਗਾ ਉਹਦਾ ਗਾਣਾ ਚੱਲ ਪੂਗਾ, ਜਿਹਦਾ ਨਹੀਂ ਵਧੀਆ ਹੋਊਗਾ ਚੱਲ। ਸੋ ਚਲੋ ਆਪਾਂ ਲੰਮੇ ਹੋਰ ਚੱਕਰਾਂ ਚ ਪੈ ਗਏ, ਤੇ ਮੈਂ ਤਾਂ ਤੇਰਾ ਕਹਿਣ ਦਾ ਪਰਪਸ ਇਹ ਸੀਗਾ ਵੀ ਸਾਰੇ ਜਾਣੇ ਜਦੋਂ ਪਿਆਰ ਕਰਨਾ ਚਾਹੀਦਾ, ਔਰ ਮੈਨੂੰ ਇਹ ਵੀ ਲੱਗਦਾ ਦੇਖੋ ਇੰਡਸਟਰੀ ਨਾ ਮਸਾਂ ਮਸਾਂ ਜਿਹੜਾ ਨਵਾਂ ਟੈਲੈਂਟ ਆਇਆ, ਮਤਲਬ ਤੁਸੀਂ ਆਏ ਹੋ ਸਾਰੇ ਜਾਣੇ, ਹਨਾ, ਜਿੰਨੇ ਸਿੱਧੂ ਹੋਣੀ ਹੋ ਗਏ, ਈਵਨ ਕਰਨ ਹੋ ਗਿਆ, ਔਜਲਾ, ਜਿੰਨੇ ਸਾਰੇ ਇਹ ਯੰਗ ਟੀਮ ਹੈ, ਇਹ ਸਾਰੀ ਯੰਗ ਟੀਮ ਦੇ ਵਿੱਚ ਬਹੁਤ ਟੈਲੈਂਟ ਆ, ਆਰਨੇਤ ਨੇ, ਇਹ ਸਾਰੇ ਬੰਦਿਆਂ ਦੇ ਵਿੱਚ ਬਹੁਤ ਟੈਲੈਂਟ ਆ। ਮੈਂ ਅੱਗੇ ਵੀ ਕਿੰਨੀ ਵਾਰੀ ਇਹੀ ਗੱਲ ਕਹੀ ਆ ਵੀ ਜੇ ਤੁਸੀਂ ਸਾਰੇ ਬੰਦੇ ਇਹਨਾਂ ਨੂੰ ਪਿਆਰ ਨਾਲ ਮੈਸੇਜ ਕਰਿਆ ਕਰੋ, ਇੱਕ ਦੂਜੇ ਦੇ ਫੈਨ ਇੱਕ ਦੂਜੇ ਨੂੰ ਮੈਸੇਜ ਕਰਿਆ ਕਰੋ, ਇਹ ਮਿਲ ਕੇ ਟੀਮ ਬਣਾਉਣ। ਹੁਣ ਅੱਜ ਦੇਖੋ ਗਾਣੇ ਤਾਂ ਤੇਰੇ ਵੀ ਬਹੁਤ ਆਏ, ਗਾਣੇ ਸਿੱਧੂ ਦੇ ਵੀ ਬਹੁਤ ਆਏ, ਬੰਬੀਹਾ ਬੋਲੇ ਦੀ ਅੱਡ ਗੱਲ, ਬਾਹਰਲੇ ਗੋਰੇ ਗੋਰੇ ਕਿੰਨੇ ਗਾਣੇ ਆ ਕਰਦੇ ਆ, ਮੈਂ ਵੀ ਆਪਾਂ ਵੀ ਮੈਂ ਐਤਕੀ ਪਹਿਲੀ ਐਲਬਮ ਦੇ ਵਿੱਚ ਏਦਾਂ ਦੇ ਕੀਤੇ ਨੇ ਵੀ ਆਪਾਂ ਗਾਣਾ ਇਕੱਠਿਆਂ ਨੇ ਕੀਤਾ,
ਸਿੱਧੂ ਹੈ ਸਾਰਿਆਂ ਨੂੰ ਸਿੱਧੂ ਨੂੰ ਮੈਂ ਆਪਦਾ ਗਾਣਾ ਵੀ ਭੇਜ ਦਿੰਦਾ ਵੀ ਯਾਰ ਘੈਂਟਾ ਨਾਲੇ ਸਿੱਧੂ ਖੁਦ ਰਾਈਟਰ ਉਹ ਮੈਨੂੰ ਭੇਜ ਦਿੰਦਾ ਤੇ ਬਾਈ ਅਗਲੇ ਘੈਂਟਾ ਕਰ ਦਈਏ ਮੈਂ ਤੁਹਾਨੂੰ ਆਪਦਾ ਕੋਈ ਹੋਰ ਗਾਣਾ ਭੇਜ ਦਿੰਦਾ ਹਾਂ ਵੀ ਬਈ ਆਹ ਕਰਕੇ ਆਪਾਂ ਤੁਸੀਂ ਮੈਨੂੰ ਕਹਿ ਦਿੰਦੇ ਯਾਰ ਮੈਂ ਆਹ ਕਰਨਾ ਸੋ ਹੁਣ ਆਪਾਂ ਸਾਰੇ ਇੱਕ ਮੈਸੇਜ ਇਹੀ ਦੇਣ ਦੀ ਟਰਾਈ ਕਰ ਰਹੇ ਹਾਂ ਅੱਜ ਬੇਸਿਕਲੀ ਜਿਹੜਾ ਟੌਪਿਕ ਚੱਲਿਆ ਕਿ ਜਿਹੜੇ ਸਾਰੇ ਮੀਡੀਏਟਰ ਵੀ ਆ ਚਾਹੇ ਉਹ ਮੀਡੀਆ ਚਾਹੇ ਉਹ ਫੈਨਸ ਆ ਉਹਨਾਂ ਨੂੰ ਵੀ ਇੱਕ ਗੁੱਡ ਰੋਲ ਅਦਾ ਕਰਨਾ ਚਾਹੀਦਾ ਕਿ ਕੋਈ ਵੀ ਆਰਟਿਸਟ ਲੜਨ ਨਾ ਇੱਕ ਦੂਜੇ ਨਾਲ ਇਕੱਠੇ ਰਹਿਣ ਜਦੋਂ ਆਪਾਂ ਕਿਸੇ ਨੂੰ ਟੀਕਾ ਟਿੱਪਣੀ ਕਰੀ ਹੋ ਜਾਂਦੇ ਆ ਫਿਰ ਕਿਸੇ ਦਾ ਮਾਇੰਡ ਕਿੱਦਾਂ ਹੁੰਦਾ ਕਿਸੇ ਦਾ ਕਿੱਦਾਂ ਬੰਦਾ ਪ੍ਰਵੋਕ ਵੀ ਹੋ ਜਾਂਦਾ ਸੋ ਮੇਰਾ ਕਹਿੰਦਾ ਪਰਸੈਂਟ ਹੁੰਦਾ 100% ਪ੍ਰਵੋਕ ਹੁੰਦਾ ਬਿਲਕੁਲ ਸੋ ਇਹੀ ਆ ਕਿ ਹੁਣ ਇੱਕ ਨਿੱਕੀ ਜਿਹੀ ਗੱਲ ਬਾਈ ਮੈਂ ਸ਼ੇਅਰ ਕਰਨੀ ਸੀ ਵੈਸੇ ਮੈਂ ਕਦੇ ਬੋਲ ਕੇ ਕਦੇ ਮੀਡੀਆ ਤੇ ਸ਼ੇਅਰ ਨਹੀਂ ਕਰੀ ਅੱਜ ਤੁਹਾਡੇ ਰਿਗਾਰਡਿੰਗ ਮੈਂ ਗੱਲ ਸੀਗੀ ਮੈਂ ਕਿਹਾ ਲਾਈਵ ਹੋਈ ਹਾਂ ਤੁਹਾਡਾ ਨਾ ਵੀਰੇ 2010 ਦੇ ਵਿੱਚ ਜਿੱਥੇ ਮੈਂ ਪੜ੍ਹਦਾ ਸੀ ਸਵਾਮੀ ਵਿਵੇਕਾਨੰਦ ਕਾਲਜ ਜਿੱਥੇ ਮੈਂ ਇੰਜੀਨੀਅਰਿੰਗ ਕੀਤੀ ਹੈ ਡਿਗਰੀ ਕੰਪਲੀਟ ਕੀਤੀ ਹੈ ਉੱਥੇ ਹਜੇ ਮੇਰਾ ਫਸਟ ਈਅਰ ਸੀਗਾ ਤੇ ਤੁਸੀਂ ਤੁਹਾਡਾ ਸ਼ੋਅ ਸੀ ਅੱਛਾ ਤੇ ਮੈਂ ਹਜੇ ਕਾਲਜ ਆਇਆ ਸੀ ਦੇਸੀ ਰੌਕ ਸਟਾਰ ਜਿਹੜੀ ਐਲਬਮ ਉਹਨੇ ਯਾਰ ਬੱਲੇ ਬੱਲੇ ਕੀਤੀ ਹੋਈ ਸੀ ਹਨਾ ਵਰਲਡ ਵਾਈਡ ਜਿੱਥੇ ਜਾਈਏ ਗਾਣਾ ਵੱਜ ਰਿਹਾ ਹੱਥੋਂ ਹਥਿਆਰ ਗਏ ਫੁੱਲਾਂ ਵਰਗੀ ਕਹੀਏ ਤੇ ਤੁਹਾਡਾ ਸ਼ੋਅ ਤੇ ਸਾਨੂੰ ਬੜਾ ਚਾਅ ਸੀ ਕੀ ਕਰਿਆ ਨਾ ਮੈਂ ਸਕੀਮ ਜੀ ਲਾ ਕੇ ਜਿੱਦਾਂ ਹੁਣ ਤੁਹਾਡੀ ਸਟੇਜ ਤੇ ਕੋਈ ਓਦਾਂ ਕੋਈ ਅਲਾਊਡ ਨਹੀਂ ਹੁੰਦਾ ਕਿ ਜੇ ਸਟੇਜ ਪਰਫੋਰਮ ਕਰਦੇ ਆ ਕਿਉਂਕਿ ਪਰਫੋਰਮੈਂਸ ਵੇਲੇ ਆਰਟਿਸਟ ਨੂੰ ਆਪਣਾ ਬਿਲਕੁਲ ਕੰਫਰਟ ਹੋਣਾ ਚਾਹੀਦਾ ਬਿਲਕੁਲ ਤੁਸੀਂ ਉੱਥੇ ਮੈਨੂੰ ਇੰਨਾ ਚਾਅ ਮਿਲਿਆ ਯਾਰ ਬਾਈ ਆਇਆ ਬਾਈ ਨਾਲ ਫੋਟੋ ਕਰਾਈਏ ਪਹਿਲਾਂ ਤਾਂ ਮੈਂ ਕਿਸੇ ਨੂੰ ਹਿਸਾਬ ਕਿਤਾਬ ਨਾਲ ਕਿਸੇ ਨੂੰ ਕਹਿ ਕੇ ਮੈਂ ਕਿਹਾ ਯਾਰ ਫੋਟੋ ਹੋ ਜੇ ਮੈਂ ਫਿਰ ਤੁਸੀਂ ਅੰਦਰ ਬੈਠੇ ਸੀ ਕਾਫੀ ਪੀ ਰਹੇ ਸੀਗੇ ਸ਼ੋਅ ਤੋਂ ਪਹਿਲਾਂ ਫਿਰ ਤੁਸੀਂ ਮੇਰੇ ਨਾਲ ਬੜਾ ਵਧੀਆ ਹਨਾ ਇੱਕ ਫੈਨ ਸੀਗਾ ਮੈਂ ਤਾਂ ਤੁਸੀਂ ਆਏ ਤੁਹਾਨੂੰ ਉਦੋਂ ਤੱਕ ਕਿਹੜਾ ਮੈਂ ਇਸ ਫੀਲਡ 'ਚ ਸੀਗਾ ਜਾਂ ਕੁਛ ਤੁਸੀਂ ਬੜੇ ਪਿਆਰ ਨਾਲ ਹਨਾ ਮੈਨੂੰ ਮਿਲੇ ਫੋਟੋਆਂ ਕਰਾਈਆਂ ਇਹ ਉਹ ਇੱਕ ਡਿਫਰੈਂਟ ਹੋ ਗਈਆਂ ਹੁਣ ਆਹ ਸੋਸ਼ਲ ਮੀਡੀਆ ਨੇ ਨਾ ਚੀਜ਼ਾਂ ਬੜੀਆਂ ਥੋੜੇ ਕਰਤੀਆਂ ਇੱਕ ਰਿਸਪੈਕਟ ਲੈਵਲ ਸੀ ਇੱਕ ਜਿਵੇਂ ਹੁਣ ਸਾਨੂੰ ਨਾ ਉਦੋਂ ਈਵਨ ਕਿ ਸਿਕਿਉਰਿਟੀ ਸਾਡੇ ਕਾਲਜ ਵੱਲੋਂ ਸਿਕਿਉਰਿਟੀ ਵਾਲੇ ਮੁੰਡੇ ਸੀਗੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਬਾਈ ਉੱਤੇ ਤਾਂ ਅਲਾਊਡ ਤੇ ਹਲੇ ਹਲੇ ਕਿ ਤੁਹਾਡੀ ਸਿਕਿਉਰਿਟੀ ਨੇ ਮੈਨੂੰ ਕੁਛ ਨੀ ਕਿਹਾ ਸਾਡੇ ਆਪ ਦੇ ਜਿਹੜੀ ਖੁੱਲ ਜਾਲੀ ਸਿਕਿਉਰਿਟੀ ਸੀ ਕੋਈ ਨਹੀਂ ਉਹਨੇ ਸਾਨੂੰ ਥੱਲੇ ਕਹਿੰਦੇ ਵੀ ਥੱਲੇ ਜਾਓ ਵੀ ਕਾਕਾ ਜੀ ਇੱਥੇ ਸੈੱਟ ਨੀ ਆਉਣਾ ਅਸੀਂ ਥੱਲੇ ਜਾ ਵੜੇ ਹਾਲਾ ਬੜਾ ਮੂਡ ਖਰਾਬ ਹਨਾ ਪਰ ਫਿਰ ਵੀ ਤੁਸੀਂ ਦੇਖੋ ਇੰਨਾ ਜ਼ਿਆਦਾ ਕਰੇਜ ਸੀਗਾ ਕਿ ਮੋੜਨ ਦੇ ਬਾਵਜੂਦ ਵੀ ਅਸੀਂ ਐਨ ਪਿੱਛੇ ਖੜ ਕੇ ਸਾਰਾ ਤੁਹਾਡੀ ਪਰਫੋਰਮੈਂਸ ਇੰਜੋਏ ਕੀਤੀ ਫੁੱਲ ਕੂਕਾਂ ਮਾਰੀਆਂ ਫੁੱਲ ਨਜ਼ਾਰਾ ਹਨਾ ਮਤਲਬ ਇੱਕ ਮੇਰੇ ਮੇਰੇ ਦਿਲ 'ਚ ਤੁਹਾਡੇ ਪ੍ਰਤੀ ਇੱਕ ਵਾਈਬ ਬੈਠ ਗਈ ਯਾਰ ਮੈਂ ਜਦੋਂ ਇਸ ਫੀਲਡ 'ਚ ਕਰਾਇਆ ਮੈਨੂੰ ਐਸ ਦੇ ਕਿਸੇ ਨਸ਼ੇ ਦੀ ਮਿਲਾ ਹਨਾ ਗਾਣੇ ਬਾਈ ਨੂੰ ਸੁਣਾਵਾਂ ਉਹਨਾਂ ਮੈਟਰ ਸੁਣਾਵਾਂ ਪਰ ਉਦੋਂ ਬਾਈ ਅੱਜ ਤੋਂ 10 ਸਾਲ ਪਿੱਛੇ ਚੱਲ ਜਾਈਏ ਮੈਨੂੰ ਇਹ ਲੱਗਦਾ ਕਿ ਆਰਟਿਸਟ ਦੀ ਜਿਹੜੀ ਕਰੇਜ਼ ਵੈਲਿਊ ਸੀਗਾ ਜਿਹੜੀ ਇੱਕ ਰਿਸਪੈਕਟ ਕਹਿ ਸਕਦੇ ਹਾਂ ਆਪਾਂ ਉਹ ਡਿਫਰੈਂਟ ਸੀਗਾ